रात दे बज गए 11:30 और हुण इहनूं लगी होई है भुख ते मैनूं जगा के लैके आई है हुण बना रही है पापड़। संतोष तो मुझे नींद नहीं आ रही थी और बाकी सारे सोए हुए हैं इसलिए मैं धीरे बोल रही हूँ। मम्मा मुझे डर लग रहा था अकेले किचन में आने के लिए तो मम्मा को साथ में उठा के लाई, मतलब मम्मा की नींद मैनू सजाया कोई जल्दी कर ला हूँ जो भी करना है। उन्हें मैं किद्दा हो सका उन्हें दही सही पाना है। ਇੱਥੇ ਤੁਹਾਡੀ ਕੁੜੀ ਦਾ ਹੱਥ ਸੜ ਰਿਹਾ ਹੈ ਤੇ ਤੁਸੀਂ ਖੜੇ ਦੇਖੀ ਜਾ ਰਹੇ ਹੋ। ਮੇਰੀ ਨੀਂਦ ਜਿਹੜੀ ਖਰਾਬ ਕੀਤੀ ਹੈ ਤੂੰ ਸਵੇਰੇ ਦੇਖੀ, ਮੈਂ ਤੇਰੀ ਸੇਵਾ ਕਰਦੀ ਹਾਂ ਤੈਨੂੰ ਇਕੱਠੇ ਨਾਲ ਪਾਪੜ ਖਲਾਏ 8-10। ਇੰਨੇ ਨਹੀਂ ਖਾਂਦੇ ਦੋ ਦਿਨ ਨਾ ਮਜ਼ਾ ਨਹੀਂ ਨਹੀਂ ਬਸ ਇਹ ਵੀ ਹੈ ਕਿ ਮੈਂ ਇੱਥੇ ਖੜੀ ਰਹਾਂ ਮੈਂ ਤੇ ਖੜਿਆ ਵੀ ਨਹੀਂ ਜਾ ਰਿਹਾ ਮੈਨੂੰ ਇੰਨੀ ਨੀਂਦ ਆਈ ਹੋਈ ਹੈ। रात बहुत ज्यादा हो गई है इसीलिए मैं तड़के वाली मैगी नहीं बना रही। जल्दी बना ला, ये तड़का मैं कट्ठा ही ला देना जब पापा उठ गए ना, देखी तेनू कितना स्पेशल तड़का ला के देंगे। मैगी वाला नहीं पापा कितने तो इधर मैंने पापड़ बना लिए हैं अपने पापड़ बना लिए और ये मैं मैगी बनाने लगी हूँ। यहाँ मैंने रखा हुआ पानी, मेरा इतने गर्मी से खड़े होकर सिर दुखने लग पाया बट ये मैगी हजे तक नहीं बनी, पता नहीं की प्रॉब्लम है। अगे पीछे बहुत छोटी बन जाती है, अब बनी नहीं रही। मैगी रेडी है, हुण मैं बैठ के आराम नाल अंदर नेरे च बह के खाऊंगी। मैगी बन गई है तो हुण मैगी खाऊगी। इहनूं देख के तो मैनूं भी भुख लग गई है तो मैं हुण पीऊंगी चाह तक। देख लो आप देखो तो मेरी हुण नींद तक खराब कीती है। इस रूम च मैं नहीं बैठूंगी, उस रूम च मैं बैठूंगी क्योंकि उत्थे एसी लगा होया है। इत्थे भी कल लग जाना है। अम्मा मेरे हिसाब नाल एक टाइम ते एक जगह एसी लाना चाहिदा, उत्थे सारे बैठ जाया करन। पर एसी ते खराब हुंदा ना पिया, एसी किते लग जाऊगा फिट हो जाऊगा संभालिया रहूगा ते किते लोड पैण ते कोई गेस्ट आ जांदा आ तां चलो इह आ ना कि इधर भी चल जाया करूगा। हां जी ठीक है ना, ते ओह हुण फिलहाल मैं उत्थे बैठ के खाऊंगी नेरे विच। लाइट थोड़ी लगानी सारे नहीं, फिर तैनूं नेरे दे विच उत्थे डर लगना। नहीं उत्थे तो सारे बैठे आ ना, ते सारे बैठे। ਕਿੱਦਾਂ ਹੋ ਸਾਰੇ? ਉੱਤੇ ਸਹਿ ਚੜ੍ਹਦੀ ਕਲਾ ਚ ਹੋਵੋਂਗੇ। ਵੈਲਕਮ ਟੂ ਮਾਈ ਚੈਨਲ, ਮਾਈ ਸੈਲਫ ਮੈਕ ਪੈਂਸ। ਅਤੇ ਅਸੀਂ ਸਾਰੇ ਉੱਠ ਚੁੱਕੇ ਹਾਂ ਅਤੇ ਮੰਮਾ ਹੁਣ ਬਣਾ ਰਿਹਾ ਮੇਰਾ ਬ੍ਰੇਕਫਾਸਟ ਅਤੇ ਮੈਂ ਰਿਆਜ਼ ਕਰਕੇ ਹਟ ਕੇ ਫਿਰ ਮੈਂ ਸ਼ਾਵਰ ਲੈ ਲਿਆ ਸੀ ਦੈਨ ਉਸ ਤੋਂ ਬਾਅਦ ਮੈਂ ਫਰੀ ਸੀਗੀ ਅਤੇ ਹੁਣ ਮੈਂ ਆਪਣਾ ਕਰੂੰਗੀ ਬ੍ਰੇਕਫਾਸਟ ਅਤੇ ਉਸ ਤੋਂ ਬਾਅਦ ਮੈਂ ਆਪਣੀ ਸਟੱਡੀ ਕਰੂੰਗੀ। ਅਤੇ ਕੱਲ੍ਹ ਰਾਤੀ ਮੈਨੂੰ ਲੱਗੀ ਹੋਈ ਸੀ ਬਹੁਤ ਜ਼ਿਆਦਾ ਭੁੱਖ, ਜਿੱਦਾਂ ਕਿ ਮੈਨੂੰ ਸਾਰਿਆਂ ਨੂੰ ਪਤਾ ਹੀ ਹੈ, ਤੁਸੀਂ ਸ਼ਾਰਟਸ ਦੇਖ ਲਿਓ ਹੋਣਾ ਜਿੰਨੇ ਵੀ ਕਲਿੱਪਸ ਮੈਂ ਲਏ ਸੀਗੇ। ਅਤੇ ਫਿਰ ਮੈਂ ਰਾਤ ਨੂੰ ਮੈਗੀ ਬਣਾ ਕੇ ਅੰਦਰ ਹਨੇਰੇ 'ਚ ਬੈਠ ਕੇ ਖਾਈ ਅਤੇ ਬਾਕੀ ਸਾਰੇ ਸੋ ਰਹੇ ਸੀਗੇ। ਵੈਸੇ ਪਾਪਾ ਪੁੱਛ ਰਹੇ ਸੀਗੇ ਕਿ ਕੀ ਕਰ ਰਹੇ ਹੋ ਅਤੇ ਮੈਂ ਦੱਸ ਦਿੰਦੀ ਮੈਨੂੰ ਭੁੱਖ ਲੱਗੀ ਆ। ਅਤੇ ਯੂ ਨੋ ਨਾਈਟ ਕਰੇਵਿੰਗਸ ਹੁੰਦੀਆਂ ਆ ਕਿ ਰਾਤ ਨੂੰ ਉੱਠ ਕੇ ਖਾਣਾ। ਮੈਨੂੰ ਐਕਚੁਲੀ ਭੁੱਖ ਲੱਗੀ ਹੋਈ ਸੀ ਕਿਉਂਕਿ ਮੈਂ ਕੱਲ੍ਹ ਸਿਰਫ ਭੱਲੇ ਖਾਧੇ ਸੀ, ਉਹ ਵੀ ਕਿੰਨੇ ਜ਼ਿਆਦਾ ਪੇਟ ਭਰ ਕੇ, ਮਤਲਬ ਫੁੱਲ ਸੀਗਾ ਮੇਰਾ ਪੇਟ, ਕੁਛ ਵੀ ਖਾਣ ਦਾ ਦਿਲ ਨਹੀਂ ਸੀ ਕਰ ਰਿਹਾ। ਉਸ ਤੋਂ ਬਾਅਦ ਫਿਰ ਮੈਂ ਕੁਛ ਖਾਧਾ ਨਹੀਂ ਅਤੇ ਮਤਲਬ ਕਾਫੀ ਟਾਈਮ ਬਾਅਦ ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਸੀ ਆ ਰਹੀ, ਇਸ ਕਰਕੇ ਨੀਂਦ ਨਾ ਆਉਣ ਕਰਕੇ ਮੈਨੂੰ ਭੁੱਖ ਲੱਗ ਗਈ। ਫਿਰ ਉੱਠ ਕੇ ਮੈਂ ਮੈਗੀ ਬਣਾ ਕੇ ਖਾ ਲਈ ਅਤੇ ਫਿਲਹਾਲ ਮੰਮਾ ਬਣਾ ਰਹੇ ਮੇਰਾ ਬ੍ਰੇਕਫਾਸਟ। ਅਤੇ ਅੱਜ ਦਾ ਵਲੋਗ ਵੀ ਪੂਰਾ ਦੇਖਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਫਿਰ ਤਾਂ ਨਾਸ਼ਤਾ ਸਾਡਾ ਹੋ ਚੁੱਕਾ ਆ ਅਤੇ ਨਹਾ ਵੀ ਲਿਆ ਆ, ਪਰ ਵਾਰ ਵਾਰ ਪਸੀਨੇ ਦੇ ਨਾਲ ਫਿਰ ਨਹਾ ਹੋਈ ਜਾ ਰਿਹਾ ਕਿਉਂਕਿ ਗਰਮੀ ਹੈਗੀ ਆ ਬਹੁਤ ਜ਼ਿਆਦਾ। ਅੱਜ ਤਾਂ ਹੁਣ ਵੀ ਬਹੁਤ ਜ਼ਿਆਦਾ ਹੋਇਆ ਹੈ ਅਤੇ ਸਾਰਾ ਦਿਨ ਪਾਣੀ ਪੀ ਪੀ ਕੇ ਵੀ ਬਸ ਹੋ ਜਾਂਦੀ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ। ਅਤੇ ਮੈਂ ਹੁਣ ਬਣਾਉਣ ਜਾ ਰਹੀ ਹਾਂ, ਦੇਖਦੀ ਹਾਂ ਬਨਾਨਾ ਸ਼ੇਕ ਬਣਾਉਣਾ ਜਾਂ ਮੈਂਗੋ ਸ਼ੇਕ ਬਣਾਉਣਾ ਆ। ਬਨਾਨਾ ਸ਼ੇਕ ਦੀਆਂ ਵੋਟਾਂ ਜ਼ਿਆਦਾ ਸੀ ਤਾਂ ਮੈਂ ਹੁਣ ਬਨਾਨਾ ਸ਼ੇਕ ਬਣਾ ਰਿਹਾ ਕਿਉਂਕਿ ਪਾਰਸ ਵੀ ਔਰ ਸਾਕਸ਼ੀ ਵੀ ਦੋਨਾਂ ਨੂੰ ਬਨਾਨਾ ਸ਼ੇਕ ਬਹੁਤ ਜ਼ਿਆਦਾ ਪਸੰਦ ਹੈ। ਗਰਮੀ ਇੰਨੀ ਜ਼ਿਆਦਾ ਹੈ ਕਿ ਪਾਣੀ ਦਾ ਗਲਾਸ ਇੱਕ ਜਦੋਂ ਮੂੰਹ ਨੂੰ ਲਗਾਓ ਤਾਂ ਪਤਾ ਹੀ ਨਹੀਂ ਲੱਗਦਾ ਕਿ ਜਾਂਦਾ ਕਿੱਥੇ ਆ। ਦੁਪਹਿਰ ਨੂੰ ਸੌ ਗਈ ਸੀਗੀ ਅਤੇ ਮੰਮਾ ਨੇ ਫਿਰ ਬਨਾਨਾ ਸ਼ੇਕ ਦਿੱਤਾ ਮੈਨੂੰ ਅਤੇ ਮੈਂ ਉੱਠ ਗਈ। ਅਤੇ ਹੁਣ ਮੈਂ ਆਪਣੀ ਪੰਜਾਬੀ ਦੀਆਂ ਅਸਾਈਨਮੈਂਟਸ ਬਣਾ ਰਹੀ ਹਾਂ, ਥੋੜ੍ਹੀਆਂ ਰਹਿ ਗਈਆਂ ਆ। ਅਤੇ ਨਹਾਉਣ ਨਾਲ ਵੀ ਜਿਹੜੀ ਗਰਮੀ ਆ ਉਨੀ ਲੱਗਦੀ ਆ, ਦੇਖੋ ਮੈਨੂੰ ਪਸੀਨਾ ਆ ਰਿਹਾ, ਅੱਖਾਂ ਦੇ ਨੀਚੇ ਇੱਥੇ ਆ ਰਿਹਾ, ਗਲੇ 'ਤੇ ਵੀ ਪੂਰਾ ਪਸੀਨਾ ਆਇਆ, ਮੈਨੂੰ ਸਮਝ ਨਹੀਂ ਆ ਰਿਹਾ। ਮੈਂ ਫਟਾਫਟ ਜਾ ਕੇ ਅੰਦਰ ਬੈਠਦੀ ਹਾਂ ਏਸੀ 'ਚ ਪਹਿਲਾਂ।
ਹਾਂਜੀ ਤਾਂ ਹੁਣ ਅਸੀਂ ਹੋ ਗਏ ਆ ਫ੍ਰੀ ਤੇ ਮੈਂ ਆਪਣਾ ਖਾਣਾ ਵਗੈਰਾ ਡਿਨਰ ਵਗੈਰਾ ਕਰ ਚੁੱਕੀ ਆ ਤੁਸੀਂ ਫ੍ਰੀ ਹੋ ਗਏ ਆ ਨਾ ਮੈਂ ਨਹੀਂ ਫ੍ਰੀ ਹੋ ਸਕਦੀ ਰਾਤੀ ਇਹਨੇ ਮੈਨੂੰ 10:30 ਵਜੇ ਜਗਾਇਆ ਕਹਿੰਦੀ ਮੈਨੂੰ ਤਾਂ ਦੁਬਾਰਾ ਭੁੱਖ ਲੱਗ ਗਈ ਆ ਫੇਰ ਪਤਾ ਨਹੀਂ ਕੀ ਕੀ ਬਣਾ ਕੇ ਇਹਨੇ ਮੈਗੀ ਜਾਂ ਕੀ ਕੁਛ ਤੇ ਉਹ ਫਿਰ ਇਹਨੇ ਖਾਧਾ ਤੇ ਪਾਪੜ ਮੈਗੀ ਬੁਰੀ ਹਾਲਤ ਹੋ ਜਾਂਦੀ ਹੈ ਗਰਮੀ ਦੇ ਵਿੱਚ ਇੱਕ ਵਾਰੀ ਵੀ ਰੋਟੀ ਬਣਾਉਣੀ ਪਵੇ ਤਾਂ ਬੜਾ ਮੁਸ਼ਕਲ ਹੋ ਜਾਂਦਾ ਹੈ ਕਿੰਨਾ ਔਖਾ ਹੋ ਜਾਂਦਾ ਆ ਮੈਂ ਕਹਿੰਦੀ ਹਾਂ ਕਿ ਸਾਡੇ ਕੋਲ ਤਾਂ ਫੇਰ ਚਲੋ ਅਸੀਂ ਗੈਸ 'ਤੇ ਰੋਟੀ ਬਣਾਈ ਦੀ ਆ ਚਲੋ ਅਸੀਂ ਤਾਂ ਕਹਿ ਸਕਦੇ ਹਾਂ ਕਿ ਸਾਡੇ ਕੋਲ ਗੈਸ ਆ ਤਕਰੀਬਨ ਘਰ ਘਰ ਦੇ ਵਿੱਚ ਗੈਸ ਹੈ ਪਰ ਕੁਛ ਘਰ ਹਜੇ ਵੀ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਅੱਜ ਵੀ ਚੁੱਲ੍ਹੇ ਦੇ ਉੱਤੇ ਰੋਟੀ ਬਣਦੀ ਆ ਅਤੇ ਮੈਂ ਆਪਣੀ ਗੱਲ ਦੱਸਦੀ ਹਾਂ ਕਿ ਜਦੋਂ ਅਸੀਂ ਆਪਣੇ ਨਾਨਕਿਆਂ ਦੇ ਜਾਈਦਾ ਸੀ ਛੁੱਟੀਆਂ ਦੇ ਵਿੱਚ ਅਤੇ ਉਹ ਵੀ ਚੁੱਲ੍ਹੇ ਦੇ ਉੱਤੇ ਰੋਟੀ ਬਣਾਉਂਦੇ ਹੁੰਦੇ ਸਾਡੇ ਮਾਮੀ ਜੀ ਹੋਣੀ ਸਾਡੇ ਨਾਨੀ ਜੀ ਹੋਣੀ ਵੱਡੀਆਂ ਵੱਡੀਆਂ ਲੋਹਾਂ ਹੋਣੀਆਂ ਤਾਂ ਵੱਡਾ ਤਵਾ ਰੱਖ ਕੇ ਤਾਂ ਚਾਰ ਚਾਰ ਪੰਜ ਪੰਜ ਫੁਲਕੇ ਉਹਦੇ ਉੱਤੇ ਬਣਾਉਣੇ ਅਤੇ ਬਹਿ ਕੇ ਵੀ ਖਾਣੇ ਸਾਰਿਆਂ ਨੇ ਇਕੱਠਿਆਂ ਨੇ ਖਾਣੀ ਰੋਟੀ ਅਤੇ ਮਤਲਬ ਕਾਫੀ ਵਧੀਆ ਲੱਗਦਾ ਹੁੰਦਾ ਸੀ ਤਾਂ ਉਦੋਂ ਪਤਾ ਹੀ ਨਹੀਂ ਸੀ ਲੱਗਦਾ ਕਿ ਗਰਮੀ ਆ ਜਾਂ ਠੰਡ ਆ ਕੁਛ ਪਤਾ ਹੀ ਨਹੀਂ ਸੀ ਲੱਗਦਾ ਬੜਾ ਵਧੀਆ ਟਾਈਮ ਜਿਹੜਾ ਉਹ ਨਿਕਲ ਜਾਂਦਾ ਸੀਗਾ ਅਤੇ ਹੁਣ ਤਾਂ ਦਰਵਾਜ਼ੇ ਤੋਂ ਬਾਹਰ ਜਿਹੜਾ ਮੂੰਹ ਕਰਕੇ ਦੇਖਣਾ ਆ ਨਾ ਉਹ ਵੀ ਬੜਾ ਔਖਾ ਲੱਗਦਾ ਬੰਦਾ ਕਿਤੇ ਜਾਣ ਦੀ ਹਿੰਮਤ ਹੀ ਨਹੀਂ ਪੈਂਦੀ ਹੈਗੀ ਕਿ ਅਸੀਂ ਕਿੱਦਾਂ ਬਾਹਰ ਕਿੱਦਾਂ ਅਸੀਂ ਨਿਕਲ ਜਾਈਏ ਅਤੇ ਮੁਸ਼ਕਲ ਤਾਂ ਹੁੰਦੀ ਆ ਕਿ ਹਾਂ ਕਿਚਨ ਦੇ ਵਿੱਚ ਪੂਰਾ ਬੰਦਾ ਨਹਾ ਹੋ ਜਾਂਦਾ ਜਦੋਂ ਰੋਟੀ ਬਣਾਉਣੀ ਹੁੰਦੀ ਆ ਜਾਂ ਸਬਜ਼ੀ ਬਣਾਉਣੀ ਹੁੰਦੀ ਆ ਇਹ ਗਰਮੀ ਆ ਇਹ ਮੌਸਮ ਆਉਂਦੇ ਜਾਂਦੇ ਰਹਿੰਦੇ ਕਦੇ ਗਰਮੀ ਆ ਤਾਂ ਕਦੇ ਠੰਡ ਆ ਆਉਂਦੇ ਵੀ ਰਹੇ ਆ ਅਤੇ ਇਹ ਆਉਂਦੇ ਰਹਿਣੇ ਵੀ ਆ ਅਤੇ ਜ਼ਿਆਦਾ ਹਾਏ ਹਾਏ ਕਰਾਂਗੇ ਤਾਂ ਦੇਖੋ ਕੰਮ ਤਾਂ ਕਰਨਾ ਹੀ ਆ ਅਤੇ ਉਹਨੂੰ ਹੱਸ ਕੇ ਕਰ ਲਵਾਂਗੇ ਤਾਂ ਵੀ ਕਰਨਾ ਪੈਣਾ ਆ ਜੇ ਰੋ ਕੇ ਕਰਾਂਗੇ ਤਾਂ ਕੰਮ ਤਾਂ ਵੀ ਕਰਨਾ ਪੈਣਾ ਇਸ ਕਰਕੇ ਗਰਮੀ ਨੂੰ ਵੀ ਇੰਜੋਏ ਕਰੋ ਇਹਨੂੰ ਪਤਾ ਆ ਕਿ ਜਦੋਂ ਮੈਨੂੰ ਪਸੀਨਾ ਆਇਆ ਹੁੰਦਾ ਮੈਂ ਕਦੀ ਇਰੀਟੇਟ ਨਹੀਂ ਹੋਈ ਅੱਜ ਤੱਕ ਇਹ ਇੰਨਾ ਇਰੀਟੇਟ ਹੋ ਜਾਂਦੀ ਨਾ ਮੈਂ ਉਹੀ ਕਹਿੰਦੀ ਹੁੰਦੀ ਹਾਂ ਜੇ ਆਪਾਂ ਠੰਡ ਨੂੰ ਇੰਜੋਏ ਕਰਦੇ ਹਾਂ ਤਾਂ ਗਰਮੀ ਨੂੰ ਵੀ ਇੰਜੋਏ ਕਰੋ ਪਸੀਨਾ ਆਉਂਦਾ ਸਾਡੇ ਪੋਰਸ ਜਿਹੜੇ ਆ ਉਹ ਖੁੱਲ੍ਹਦੇ ਆ ਰੋਮ ਖੁੱਲ੍ਹਦੇ ਆ ਤਾਂ ਉਹ ਵੀ ਇੱਕ ਬਾਡੀ ਜਿਹੜੀ ਆ ਸਾਫ਼ ਹੁੰਦੀ ਆ ਉਸ ਚੀਜ਼ ਦੇ ਨਾਲ ਵੀ ਤਾਂ ਗਰਮੀ ਤੋਂ ਇੰਨਾ ਡਰੀਦਾ ਨਹੀਂ ਹੁੰਦਾ ਹੈਗਾ ਹਾਂ ਧੁੱਪ ਦੇ ਵਿੱਚ ਅਸੀਂ ਕਿਤੇ ਜਾ ਰਹੇ ਹਾਂ ਉਹ ਤੋਂ ਅਵੋਇਡ ਕਰਨਾ ਚਾਹੀਦਾ ਪਰ ਅੰਦਰ ਹੀ ਰਹਿ ਕੇ ਪਸੀਨੇ ਤੋਂ ਆਪਾਂ ਪੱਖਿਆਂ ਥੱਲੇ ਵੀ ਦੇਖੋ ਪਸੀਨਾ ਤਾਂ ਆਉਂਦਾ ਹੀ ਆ ਅਤੇ ਉਹ ਤੋਂ ਵੀ ਆਪਾਂ ਹਾਏ ਹਾਏ ਕਰੀ ਜਾਣਾ ਤਾਂ ਉਹ ਵੀ ਗੱਲ ਠੀਕ ਨਹੀਂ ਹੈਗੀ ਅਤੇ ਅੱਜ ਰਾਤ ਮੈਨੂੰ ਭੁੱਖ ਨਹੀਂ ਲੱਗੀ ਕਿਉਂਕਿ ਮੈਨੂੰ ਹੁਣੇ ਨੀਂਦ ਆ ਰਹੀ ਹੈ ਹੁਣੇ ਨੀਂਦ ਆ ਰਹੀ ਅੱਜ ਮੈਂ ਸੋ ਲੈਣਾ ਅੱਜ ਮੈਂ ਦੁਪਹਿਰੇ ਸੁੱਤੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਨੂੰ ਦੁਪਹਿਰੇ ਸੋ ਕੇ ਮੈਨੂੰ ਨੀਂਦ ਆ ਜਾਂਦੀ ਨੀਂਦ ਆ ਹੀ ਜਾਂਦੀ ਵਿਹਲੇ ਆ ਆਪਾਂ ਨੀਂਦ ਹੀ ਆਉਣੀ ਆ ਹੋਰ ਕੀ ਆਉਣਾ ਆ ਇਹ ਤਾਂ ਹੈ ਤੇ ਚਲੋ ਜੀ ਅੱਜ ਦੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਕੀ ਬਾਤ ਹੈ ਤੇ ਇਕੱਠੇ ਬੋਲਣ ਨਹੀਂ ਪੈ ਜਾਣਾ ਕੀ ਬਾਤ ਅੱਛਾ ਇਕੱਠੇ ਬੋਲਣ ਦਾ ਮੀਨ ਹੁੰਦਾ ਹੈ ਕਿ ਨਹੀਂ ਕਿਹਾ ਸੁਣਿਆ ਮੈਂ ਕਿਹਾ ਹੈ ਤੇ ਬਾਕੀ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਾ ਜ਼ਰੂਰ ਦੱਸਿਓ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਕੀ ਬਾਤ ਅੱਛਾ ਇਕੱਠੇ ਬੋਲਣ ਦਾ ਮੀਨ ਹੁੰਦਾ ਹੈ ਕਿ ਨਹੀਂ ਕਿਹਾ ਸੁਣਿਆ ਮੈਂ ਕਿਹਾ ਹੈ ਤੇ ਬਾਕੀ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਾ ਜ਼ਰੂਰ ਦੱਸਿਓ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਬੈਲ ਆਈਕਨ ਨੂੰ ਕਰਿਓ ਪ੍ਰੈਸ ਤਾਂ ਕਿ ਸਾਡੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਕੱਲ ਦੇ ਵਲੌਗ ਦੇ ਨਾਲ ਫਿਰ ਮੁਲਾਕਾਤ ਕਰਾਂਗੇ ਬਾਏ ਬਾਏ।